ਕੁੰਡਾ ਕੋਟਣਾ ਪਹਿਲਾਂ ਸਾਰਿਆਂ ਦੇ ਹੀ ਘਰਾਂ ਦੇ ਵਿੱਚ ਹੁੰਦਾ ਸੀ ਕੋਈ ਸਮਾਂ ਸੀ ਜਦੋਂ ਪੰਜਾਬੀ ਰਸੋਈ ਘਰ ਵਿੱਚ ਕੁੰਡੇ ਕੋਟਨੇ ਦੀ ਸਰਦਾਰੀ ਹੁੰਦੀ ਸੀ ਜ਼ਿੰਦਗੀ ਕਿੰਨੇ ਰੰਗ ਬਦਲਦੀ ਹੈ ਤੇ ਤਕਨੀਕ ਦਾ ਵਿਕਾਸ ਫਿੱਕੇ ਰੰਗਾਂ ਉੱਤੇ ਗੂੜੇ ਰੰਗਾਂ ਦਾ ਲੇਪ ਕਿੰਨੀ ਛੇਤੀ ਛਾੜਦਾ ਹੈ ਪਹਿਲਾ ਤਿੰਨ ਅਹਿਮ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਸੀ ਪਹਿਲਾ ਕੱਚੀਆਂ ਕੰਧਾਂ ਤੇ ਹੱਥੀ ਪਾਏ ਨਮੂਨੇ ਦੂਜਾ ਕੱਚੀ ਕੰਧ ਨਾਲ ਪਿਆ ਕੁੰਡਾ ਕੋਟਣਾ ਤੇ ਤੀਜਾ ਕੰਧ ਦੇ ਆਲੇ ਵਿੱਚ ਟੰਗੀ ਹੋਈ ਦਾਤਰੀ ਇਹ ਤਿੰਨੇ ਚੀਜ਼ਾਂ ਹੁਣ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ ਤੇ ਜਿੱਥੇ ਮਿਲਦੀਆਂ ਵੀ ਹਨ ਉੱਥੇ ਮਜਬੂਰੀ ਬਸ ਇਹਨਾਂ ਚੀਜ਼ਾਂ ਦਾ ਕਿਸੇ ਨੂੰ ਹੁਣ ਚੌਂਕ ਨਹੀਂ ਰਿਹਾ ਅੱਜ ਮਸ਼ੀਨੀਕਰਨ ਅਤੇ ਤੇਜ਼ ਤਰਾਰ ਜ਼ਿੰਦਗੀ ਦੇ ਰੁਖ ਨੇ ਕੁੰਡੇ ਘੋਟਣੇ ਦੀ ਵਰਤੋਂ ਘਟਾ ਦਿੱਤੀ ਹੈ ਸ਼ੈਰੀ ਖੇਤਰਾਂ ਵਿੱਚ ਇਸ ਦੀ ਜਗ੍ਹਾ ਮਿਕਸੀ ਗ੍ਰਾਈਂਡਰ ਨੇ ਲੈ ਲਈ ਹੈ ਪਰ ਪਿੰਡੂ ਖੇਤਰਾਂ ਦੇ ਵਿੱਚ ਦਾਲ ਸਬਜ਼ੀ ਬਣਾਉਣ ਸਮੇਂ ਮਿਰਚ ਮਸਾਲਾ ਰਗੜਨ ਅਤੇ ਚਟਣੀ ਆਦ ਬਣਾਉਣ ਲਈ ਅੱਜ ਵੀ ਕੁੰਡੇ ਦੀ ਵਰਤੋਂ ਹੁੰਦੀ ਹੈ ਕੁੰਡਾ ਅਕਸਰ ਹੀ ਪੱਥਰ ਜਾਂ ਚੀਕਣੀ ਮਿੱਟੀ ਦਾ ਬਣਿਆ ਹੁੰਦਾ ਹੈ ਪਾਕਿਸਤਾਨੀ ਕੁੰਡਾ ਮਸ਼ਹੂਰ ਹੈ ਜਿਸ ਦੀ ਬੰਤਰ ਖਾਸ ਡਿਜ਼ਾਈਨ ਵਾਲੀ ਹੁੰਦੀ ਹੈ ਕੁੰਡੇ ਦਾ ਸਾਥੀ ਕੋਟਨਾ ਨਿੰਮ ਦੀ ਸਖਤ ਲੱਕੜ ਨਾਲ ਬਣਿਆ ਹੁੰਦਾ ਹੈ ਨਾ ਕੋਈ ਮਿਕਸੀ ਨਾ ਕੋਈ ਗਰਾਇੰਡਰ ਨਾ ਕੋਈ ਜੂਸਰ ਅਤੇ ਨਾ ਕੋਈ ਹੋਰ ਕਿਸੇ ਕਿਸਮ ਦੀ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਇਹ ਕਿੱਥੇ ਹੋਣੇ ਸਨ ਜਦੋਂ ਹਾਲੇ ਪਿੰਡਾਂ ਦੇ ਵਿੱਚ ਬਿਜਲੀ ਨਹੀਂ ਆਈ ਸੀ ਕੁੰਡੇ ਛੋਟੇ ਦੀ ਲੋਡ ਗਰਾਇੰਡਰਾਂ ਤੇ ਮਿਕਸੀਆਂ ਨੇ ਪੂਰੀ ਕਰ ਦਿੱਤੀ ਸਵਿਚ ਛੱਡੋ ਤੇ ਚਟਨੀ ਤਿਆਰ ਪੀਸੀਆਂ ਚੀਜ਼ਾਂ ਤਿਆਰ ਬਰ ਤਿਆਰ ਪਹਿਲਾਂ ਕਿੰਨੀ ਕਿੰਨੀ ਦੇਰ ਬਾਹਾਂ ਦੀ ਕਸਰਤ ਹੁੰਦੀ ਸੀ ਗਵਾਰਡ ਨੂੰ ਵੀ ਪਤਾ ਲੱਗ ਜਾਂਦਾ ਸੀ ਕਿ ਫੁਲਾਣਿਆਂ ਦੇ ਘਰ ਚਟਨੀ ਬੰਦੀ ਹੈ ਕੁੰਡੇ ਵਿੱਚ ਕੁੱਟੀ ਚਿਪੜਾਂ ਦੀ ਚਟਨੀ ਜੋ ਸਵਾਦ ਦਿੰਦੀ ਹੈ ਉਹ ਅੱਜ ਮਸ਼ੀਨਾਂ ਨਾਲ ਤਿਆਰ ਚਟਨੀਆਂ ਕਿਵੇਂ ਦੇ ਸਕਦੀਆਂ ਹਨ ਮੁੱਢ ਕਦੀਮ ਤੋਂ ਰਸੋਈ ਘਰ ਦੇ ਬਹੁਤੇ ਭੋਜਨ ਪਦਾਰਥ ਸਾਬਤ ਰੂਪ ਵਿੱਚ ਕੁਦਰਤੀ ਤੌਰ ਤੇ ਖੇਤਾਂ ਵਿੱਚ ਉਗਾ ਕੇ ਪ੍ਰਾਪਤ ਕੀਤੇ ਜਾਂਦੇ ਸਨ ਜਿਨ੍ਹਾਂ ਨੂੰ ਧੁੱਪ ਵਿੱਚ ਸੁਕਾ ਕੇ ਹੱਥੀਂ ਕੁੰਡੇ ਕੋਟੇ ਨਾਲ ਪੀਸ ਕੇ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ ਸੀ ਅੱਜ ਵਾਂਗ ਬਾਜ਼ਾਰ ਵਿੱਚ ਪੈਕਟਾਂ ਦੇ ਵਿੱਚ ਬੰਦ ਪੀਸੇ ਹੋਏ ਭੋਜਨ ਪਦਾਰਥ ਘੱਟ ਹੀ ਮਿਲਦੇ ਸਨ ਅੱਜ ਰਸੋਈ ਘਰ ਦੀ ਲੂਣਦਾਨੀ ਵੀ ਸੁngੜ ਕੇ ਤਿੰਨ ਖਾਨਿਆਂ ਵਾਲੀ ਰਹਿ ਗਈ ਹੈ ਜਿਸ ਵਿੱਚ ਲੂਣ ਮਿਰਚ ਮਸਾਲਾ ਹਲਦੀ ਪੀਸਿਆ ਹੋਇਆ ਬਾਜ਼ਾਰ ਵਿੱਚੋਂ ਭਰ ਲਿਆ ਜਾਂਦਾ ਹੈ ਪਰ ਪਹਿਲਾਂ ਲੂਣਦਾਨੀ ਹਰਬਲ ਵਸਤੂਆਂ ਦੀ ਦੁਕਾਨ ਵਾਂਗ ਹੀ ਹੁੰਦੀ ਸੀ ਜਿਸ ਵਿੱਚ ਮਿਰਚ ਲੂਣ ਹਲਦੀ ਜੈਫਲ ਭੱਡੀ ਇਲਾਇਚੀ ਛੋਟੀ ਇਲਾਇਚੀ ਜਵੈਤਰੀ ਕਾਲੀ ਮਿਰਚ ਮਲਠੀ ਸੁੰਡ ਹਿੰਗ ਆਦੀ ਵਸਤੂਆਂ ਸਾਬਤ ਰੂਪ ਵਿੱਚ ਹੁੰਦੀਆਂ ਸਨ ਅਤੇ ਲੋੜ ਮੁਤਾਬਕ ਕੁੰਡੇ ਕੋਟਨੇ ਨਾਲ ਰਗੜ ਕੇ ਵਰਤੀਆਂ ਜਾਂਦੀਆਂ ਸਨ ਪਹਿਲਾ ਆਮ ਘਰਾਂ ਦੇ ਵਿੱਚ ਸਰਦੀਆਂ ਵਿੱਚ ਲਵੇਰਾ ਹੁੰਦਾ ਸੀ ਤੇ ਸਵੇਰੇ ਦੇਹੀ ਦੀ ਕੌਲੀ ਅਤੇ ਮੱਖਣ ਮਿਲਦੀ ਨਹੀਂ ਤਾਂ ਰੋਟੀ ਚਟਣੀ ਨਾਲ ਖਾ ਲੈਣੀ ਤਾਂ ਸਾਰੀ ਦਿਹਾੜੀ ਕੰਮ ਤੇ ਲੱਗੇ ਰਹਿਣਾ ਸਿਰਫ ਸ਼ਾਮ ਵੇਲੇ ਹੀ ਤੌੜੀ ਵਿੱਚ ਰਿੰਨੀ ਦਾਲ ਖਾਣ ਨੂੰ ਮਿਲਦੀ ਸੀ ਨਾ ਕਿਸੇ ਨੂੰ ਸਰਦੀ ਜ਼ੁਕਾਮ ਨਾ ਤਾਪ ਮਲੇਰੀਆ ਹੁੰਦਾ ਸੀ ਤੇ ਨਾ ਹੀ ਕੋਈ ਸ਼ਹਿਰ ਡਾਕਟਰ ਕੋਲ ਦਵਾਈ ਲੈ ਜਾਂਦਾ ਸੀ ਪਹਿਲੀ ਗਲਤੀ ਇਹ ਸੀ ਕਿ ਕਿਸੇ ਜ਼ਿੰਮੇਵਾਰ ਦਾ ਲਮਕਮਾ ਟਿੱਡ ਹੀ ਨਹੀਂ ਹੁੰਦਾ ਸੀ ਜਦੋਂ ਬੰਦਾ ਬਾਧੂ ਪਾਰ ਹੀ ਨਹੀਂ ਚੱਕਦਾ ਤਾਂ ਗੋਡਿਆਂ ਨੂੰ ਕੀ ਹੋਣਾ ਸੀ ਜਦੋਂ ਬਾਧੂ ਪਾਰ ਹੀ ਨਹੀਂ ਸੀ ਤਾਂ ਦਿਲ ਨੂੰ ਬਹੁਤਾ ਕੰਮ ਕਰਨ ਦੀ ਵੀ ਲੋੜ ਨਹੀਂ ਪੈਂਦੀ ਸੀ ਇਸੇ ਕਰਕੇ ਨਾ ਹਾਰਟ ਅਟੈਕ ਨਾ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਕੁਝ ਲੋਕ ਕੈਂਸਰ ਵਰਗੀ ਨਾਮਰਾਦ ਬਿਮਾਰੀ ਨਾਲ ਮਰਦੇ ਹੋਣ ਮਿੱਟੀ ਦਾ ਕੁੰਡਾ ਇੱਕ ਪੱਥਰ ਦੇ ਰੋੜ ਅਤੇ ਨਿੰਮ ਦਾ ਕੋਟਣਾ ਇਹ ਤਿੰਨੇ ਹੀ ਅੰਦਰੂਨੀ ਬਿਮਾਰੀਆਂ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ ਪਰ ਮਿਕਸੀ ਵਿੱਚ ਚਟਨੀ ਬਣਾਉਣ ਨਾਲ ਅਸੀਂ ਇਨ੍ਹਾਂ ਤਿੰਨਾਂ ਚੀਜ਼ਾਂ ਦੇ ਫਾਇਦੇ ਉਠਾਉਣ ਤੋਂ ਬਾਂਝੇ ਰਹਿ ਗਏ ਹਾਂ ਅਤੇ ਅਸੀਂ ਬਿਮਾਰੀਆਂ ਵੱਲੋਂ ਆਪ ਤੁਰ ਪਏ ਹਾਂ ਕੱਚਾ ਲਸਣ ਸਾਡੇ ਖੂਨ ਨੂੰ ਪਤਲਾ ਕਰਦਾ ਹੈ ਤੇ ਨਾੜੀਆਂ ਨੂੰ ਬੰਦ ਹੋਣ ਤੋਂ ਬਚਾਉਂਦਾ ਹੈ ਜੇਕਰ ਨਾੜੀਆਂ ਬੰਦ ਜਾਂ ਤੰਗ ਹੋਣੋਂ ਬਚ ਗਈਆਂ ਤਾਂ ਅਸੀਂ ਵੀ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਦੀਆਂ ਬਿਮਾਰੀਆਂ ਤੋਂ ਬਚ ਗਏ ਮਿਕਸੀ ਵਿੱਚ ਤਿਆਰ ਕੀਤੀ ਚਟਨੀ ਦਾ ਇੱਕ ਚਮਚ ਪਾਣੀ ਦੇ ਗਲਾਸ ਵਿੱਚ ਪਾ ਕੇ ਦੋਨੋਂ ਤੁਹਾਨੂੰ ਪਦੀਨੇ ਅਤੇ ਪੱਤੇ ਬਰੀਕ-ਬਰੀਕ ਕੱਟੇ ਹੋਏ ਨਜ਼ਰ ਤਾਂ ਆਉਣਗੇ ਪਰ ਕੋਟੇ ਹੋਏ ਨਹੀਂ ਦਿਸਣਗੇ ਅਸੀਂ ਅੱਜ ਆਪਣਾ ਕੰਮ ਤਾਂ ਸੌਖਾ ਕਰ ਲਿਆ ਹੈ ਪਰ ਉਸ ਦੇ ਫਾਇਦਿਆਂ ਤੋਂ ਅਸੀਂ ਵਾਂਝੇ ਰਹਿ ਗਏ ਹਾਂ